महाराज अति फरमाओ हजूर कहने ने गुरु सारे भाई साहब भगत कबीर जी ने मनुख जाति के सामने बहुत बड़ा सवाल पेश किया है ऐसे मरने जो मरे और ना मरना होए अभी सोच रहे हाँ वो केहो जा मरना है ये पिछों मौका पै ही चुकया जाए समा आया धर्म की रखिया बदले शहीदां दे सरताज गुरु अर्जन देव महाराज जी तती लोते चौकड़ा ला के कहंदे ने ऐसे मरने जो मरे शायर कबीर जी मुखातब करके कह रहा भाई Yeah.
ਪਾਠ ਫਰਮਾਉਂਦੇ ਹਨ, ਮਰਨ ਹੈ ਮਨੁੱਖਾਂ ਸੂਰੀਆਂ ਹੱਕ ਹੈ, ਨਾਲ ਸ਼ਰਤ ਹੈ ਜੇ ਹੋਏ ਮਰਨ ਪ੍ਰਵਾਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਹੀਦੀ ਸਾਕਾ ਪ੍ਰਵਾਨ ਹੋਇਆ ਹੈ। ਇੱਥੇ ਬਸ ਨਹੀਂ, ਹਜ਼ੂਰ ਆਪ ਫਰਮਾਉਂਦੇ ਹਨ ਮਰਨਹਾਰ ਇਹ ਜੀਅਰਾ ਨਹੀਂ, ਇਹ ਆਤਮਾ ਮਰਨ ਵਾਲੀ ਵਸਤੂ ਨਹੀਂ। ਗੀਤਾ ਵਿੱਚ ਵੀ ਵਿਚਾਰ ਆਇਆ ਹੈ ਆਤਮਾ ਅਮਰ ਹੈ, ਨਾ ਮਰਦੀ ਹੈ ਨਾ ਕੱਟੀ ਜਾਂਦੀ ਹੈ ਨਾ ਮਿਟਦੀ ਹੈ। ਤਾਂ ਅਮਰ ਹੋ ਗਏ ਹਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ। ਹੁਣੇ ਤੁਸੀਂ ਸ਼ੇਰ ਸੁਣਿਆ ਹੈ, ਨੀਆਂ ਹੇਠ ਜਿਨ੍ਹਾਂ ਦੇ ਧਰਮੀ ਸਿਰ ਦਿੰਦੇ ਨੇ, ਨਾ ਹੀ ਡੋਲਦੀਆਂ ਉਹ ਕਦੇ ਵੀ ਦੀਵਾਰਾਂ, ਮੈਂ ਮਜ਼ਬੂਤ ਕਰ ਦਿੱਤਾ ਹੈ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ। ਜਿੱਥੇ ਅਡੋਰ ਖਲੋਤਾ ਇਸ ਕੀ ਦਾ ਮਹਿਲ ਸਦਾ ਕਾਇਮ ਰਹੇਗਾ। ਸ਼ੈਲ ਲੰਘਦੇ ਪਾਲ ਗੋਰੀ ਮਨ ਜੀਰੀਆ, ਬਾਬਾ ਫਰੀਦ ਜੀ ਕਹਿ ਰਹੇ ਹਨ ਇੱਕ ਹਿੰਮਤ ਵਾਲਾ ਲੰਘ ਜਾਂਦਾ ਹੈ ਦੂਜਿਆਂ ਵਾਸਤੇ ਰਸਤਾ ਸਾਫ਼ ਹੋ ਜਾਂਦਾ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੇ ਪਿੱਛੋਂ ਆਉਣ ਵਾਲਿਆਂ ਨੂੰ ਮਰਨ ਦੀ ਪ੍ਰੇਰਨਾ ਦਿੱਤੀ ਹੈ। ਭਾਈ ਮਤੀ ਦਾਸ ਜੀ ਆਲੇ ਨਾਲ ਚੀਰੇ ਗਏ, ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਗਏ ਹਨ। ਗੁਰੂ ਤੇਗ ਬਹਾਦਰ ਮਹਾਰਾਜ ਇਸ ਸੰਬੰਧ ਵਿੱਚ ਦਸਵੇਂ ਪਾਤਸ਼ਾਹ ਫਰਮਾਉਂਦੇ ਹਨ, ਧਰਮ ਹਿੱਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨਾ ਦਿਆ, ਸਿਰ ਦੇ ਨਹੀਂ ਦਿੱਤਾ ਸਿਰ ਦੇ ਦਿੱਤਾ ਹੈ। ਇੱਥੇ ਬਸ ਨਹੀਂ, ਛੋਟੇ ਛੋਟੇ ਸਾਹਿਬਜ਼ਾਦੇ ਵੀ ਗੁਰਦੇਵ ਦੇ ਪਾਰੇ ਹੋਏ ਪੂਰਨਿਆਂ 'ਤੇ ਇਹੋ ਅਡੋਲ ਚੱਲਦੇ ਜਾ ਰਹੇ ਹਨ। ਸਮਾਂ ਆਇਆ ਈਸ਼ਵਰ ਦੇ ਪਾਣੇ ਵਿੱਚ ਗੁਰਦੇਵ ਨੇ ਅਨੰਦਪੁਰ ਸਾਹਿਬ ਛੱਡ ਦਿੱਤਾ ਹੈ। ਸਰਸਾ ਦੇ ਕੰਢੇ 'ਤੇ ਪਰਿਵਾਰ ਵੀ ਵਿਛੜ ਗਏ, ਵੱਡੇ ਸਾਹਿਬਜ਼ਾਦੇ ਹਜ਼ੂਰ ਨਾਲ ਹਨ। ਮਾਤਾ ਸੁੰਦਰੀ ਜੀਓ ਔਰ ਮਾਤਾ ਸਾਹਿਬ ਦੇਵਾਂ ਜੀਓ ਦਿੱਲੀ ਦੇ ਸਿੱਖਾਂ ਨਾਲ ਚਲੇ ਗਏ ਹਨ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਗੰਗੂ ਆਪਣੇ ਘਰ ਵਿੱਚ ਲੈ ਗਏ ਹੈ। ਹਜ਼ੂਰ ਨੇ ਅਨੰਦਪੁਰ ਤੋਂ ਚੱਲਣ ਲੱਗਿਆ ਬਹੁਤਾ ਖਜ਼ਾਨਾ ਲੋਕਾਂ ਨੂੰ ਵੰਡ ਦਿੱਤਾ ਸੀ, ਕੁਛ ਕਹਿੰਦੇ ਦਰਿਆ ਬੁਰਤ ਕਰ ਦਿੱਤਾ ਹੈ। ਮਾਤਾ ਗੁਜਰੀ ਜੀ ਦੇ ਕੋਲ ਵੀ ਕੋਈ ਦੌਲਤ ਹੈ ਥੋੜ੍ਹੀ ਬਹੁਤੀ ਬਚਾਈ ਹੋਈ, ਜਿਸ ਵੇਲੇ ਵੇਖ ਕੇ ਪਾਪੀ ਗੰਗੂ ਪਰਮ ਗਿਆ ਹੈ, ਲਾਲਚ ਵਿੱਚ ਆਇਆ ਕਿਸ ਵੇਲੇ ਮਾਤਾ ਜੀ ਜ਼ਰਾ ਕੁ ਸੁੱਤੇ ਹਨ, ਪੰਜਾਬੀ ਦਾ ਖਾਣ ਹੈ ਨੀਂਦ ਸੂਰੀ 'ਤੇ ਵੀ ਆ ਜਾਂਦੀ, ਪਿਛਲੇ ਪੈਰ ਥੋੜ੍ਹੀ ਜਿਹੀ ਅੱਖ ਲੱਗੀ ਹੈ ਅਤੇ ਉਹ ਉਠਾ ਰਿਹਾ ਸਭ ਕੁਛ ਗੰਗੂ ਨੇ ਲੁਕਾ ਦਿੱਤਾ ਹੈ। ਮਾਤਾ ਜੀ ਨੇ ਸਵੇਰੇ ਪੁੱਛਿਆ ਤਾਂ ਤੜਪ ਉੱਠਿਆ ਹੈ, ਮੇਰੇ 'ਤੇ ਚੋਰੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ, ਜਾ ਕੇ ਮੁੰਡੇ ਦੇ ਹਾਕਮਾਂ ਨੂੰ ਲੈ ਆਇਆ ਹੈ। ਮਾਤਾ ਜੀ ਔਰ ਸਾਹਿਬਜ਼ਾਦੇ ਗ੍ਰਿਫਤਾਰ ਕਰਾ ਦਿੱਤੇ ਗਏ ਹਨ। ਇੱਕ ਦਿਨ ਮੁਰੰਡੇ ਰੱਖ ਕੇ ਮਾਤਾ ਜੀ ਨੂੰ ਸਰਿੰਦ ਪਹੁੰਚਾ ਦਿੱਤਾ ਗਿਆ ਹੈ, ਜਿਸ ਨੂੰ ਮਾਤਾ ਜੀ ਦਾ ਬੁਰਜ ਠੰਡਾ ਬੁਰਜ ਕਿਹਾ ਜਾਂਦਾ ਹੈ। ਉਤਾਲੇ ਮੋਟੀਆਂ ਸੀਖਾਂ ਹਨ, ਬਾਰੀਆਂ ਨੂੰ ਤਖਤੇ ਨਹੀਂ, ਸਰਦੀ ਦਾ ਮੌਸਮ ਹੈ, ਥਕੇਵੇਂ ਦੇ ਪੰਨੇ ਹੋਏ, ਖਾਣ ਨੂੰ ਨਹੀਂ ਮਿਲਿਆ ਦੋ ਤਿੰਨ ਦਿਨ, ਉਹ ਮੁਸੀਬਤ ਕਿਸ ਤਰ੍ਹਾਂ ਕੱਟੀ ਹੈ ਮਾਤਾ ਜੀ ਨੇ ਔਰ ਮਾਸੂਮ ਬੱਚਿਆਂ ਨੇ। ਕੇਵਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਸਦਕਾ। ਚਮਕੌਰ ਤੋਂ ਵਜ਼ੀਰ ਖਾਨ ਵਾਪਸ ਗਿਆ, ਸਰਵੰਤ ਪਹੁੰਚਿਆ, ਖਬਰ ਮਿਲੀ, ਬੜਾ ਪ੍ਰਸੰਨ ਹੋਇਆ, ਮਾਸੂਮ ਬੱਚੇ ਹਨ, ਇਹਨਾਂ ਨੂੰ ਇਸਲਾਮ ਵਿੱਚ ਲੈ ਆਉਣਾ ਮਾਮੂਲੀ ਗੱਲ ਹੈ, ਮੁਸ਼ਕਲ ਨਹੀਂ, ਭੇਜੇ ਨਾਲ ਕਰ ਜਾਓ, ਉਹਨਾਂ ਨੂੰ ਪੇਸ਼ ਕਰੋ। ਸਿਪਾਹੀਆਂ ਦੀ ਆਵਾਜ਼ ਸੁਣ ਕੇ ਸੁੱਤੇ ਪਏ ਲਾਡਲਿਆਂ ਨੂੰ ਮਾਤਾ ਜੀ ਇਉਂ ਸਾਰੇ ਹਨ।
ਦੀਆਂ ਮੰਜ਼ਿਲਾਂ ਬੜੀਆਂ ਔਖੀਆਂ ਹੋਇਆ ਕਰਦੀਆਂ ਨੇ। ਉਸੇ ਰਸਤੇ ਪੈਣਾ ਹੋਵੇਗਾ, ਉਹੀ ਨਿਸ਼ਾਨਾ ਰੱਖਣਾ ਹੋਵੇਗਾ ਜੋ ਤੁਹਾਡੇ ਦਾਦੇ ਨੇ ਨਿਸ਼ਾਨਾ ਚੁਣਿਆ ਸੀ, ਜੋ ਤੁਹਾਡੇ ਪੜਦਾਦੇ ਨੇ ਚੁਣਿਆ ਸੀ। ਵੱਡਿਆਂ ਦੇ ਨਾਮ ਨੂੰ ਉਚੇਰਾ ਰੱਖਣਾ, ਇਹ ਸੰਸਾਰ ਵਿੱਚ ਜ਼ਿੰਦਗੀ ਹੋਇਆ ਕਰਦੀ। ਛੋਟੇ ਛੋਟੇ ਲਾਲ ਸਿਰ ਚੁਕਾਇਆ, ਚਰਨੀ ਹੱਥ ਲਾਇਆ ਮਾਤਾ ਜੀ ਦੇ, ਔਰ ਬੜੀ ਦ੍ਰਿੜਤਾ ਨਾਲ ਜਵਾਬ ਦੇ ਰਹੇ ਨੇ, ਕਿਵੇਂ ਬਾਈ? ਦਾਰੂ ਵੀ ਹੈ, ਮੈਂ ਬੜਾ ਵਿਦਵਾਨ ਹਾਂ, ਦੀਰਘ ਰੋਗ ਹੈ, ਮੈਂ ਉੱਚੀ ਗੁਰੂਏ ਜਨਮਿਆ, ਦੀਰਘ ਰੋਗ ਹੈ, ਮੇਰੇ ਕੋਲ ਦੌਲਤ ਬਹੁਤ ਹੈ, ਦੀਰਘ ਰੋਗ ਹੈ, ਮੈਂ ਚੰਗੀ ਪਦਵੀ ਤੇ ਪਹੁੰਚ ਗਿਆ ਹਾਂ, ਦੀਰਘ ਰੋਗ ਹੈ, ਮਗਰ ਦਾਰੂ ਕੀ ਹੈ ਬਾਈ? ਜੋ ਸਾਹਿਬਜ਼ਾਦੇ ਕਹਿ ਰਹੇ ਨੇ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਧਰਮੋਂ ਦੋ ਕਿਵੇਂ ਜਾਵਾਂਗੇ? ਕਿਤੇ ਰੱਖੋ ਹੋਮੇ ਔਰ ਅਣਖ, ਇੱਕ ਇਹ ਚੀਜ਼ ਦੇ ਦੋ ਪਰਛਾਵੇਂ ਹਨ, ਇੱਕ ਪਾਸਾ ਕੁਰਹਿਤਵ ਹੈ, ਮਾੜਾ ਹੈ, ਇੱਕ ਪਾਸਾ ਚਲਾਉਣ ਯੋਗ ਹੈ। ਦਾਵੇ ਨਾਲ ਕਹਿੰਦੇ ਨੇ, ਮਾਤਾ ਜੀ ਘਬਰਾਉਣ ਦੀ ਲੋੜ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਦੇ ਪੋਤਰੇ ਹਾਂ, ਉਹਨਾਂ ਦੇ ਨਾਮ ਨੂੰ ਕਦੇ ਨੀਵਾਂ ਨਹੀਂ ਹੋਣ ਦੇਵਾਂਗੇ, ਮੱਥਾ ਚੁੰਮਿਆਂ ਲਾ ਲਾਉਂਦਾ,
मन प्रसन्न होए विद्या करन लगे हैं। दादी मां एक बार फिर उपदेश कर रही है, अब सुनो भाई। लाला नू छाती लागे हस्ती दसदारे सजागे कहंदी आ मात सुना के पतियो का जरी जाके डालनी किसे दा चल खामना शहीद होना देश दे लई दूजी वारनी जहान उते आमना शहीद होना कोवे कर पल्ला पागे माता नू से झुकागे कहंदे हन ओ मुस्कागे जालम दे सावे जागे वैगुरु दी फतेह ही बुलावांगे तर मनू ने दाग लावदे हस हस के शहीदिया पावांगे तर मनू ने कितने ओ लोग दिखावण माया दे जाल बिछावण चिड़का दे दे समकावण ते गाकड़ काटण रावण योगे ओ नहीं दे काबा रामना शहीद होना देश दे लई दूजी वारनी जहां उते आमना शहीद होना कदे मौत का पै नहीं रखा करते लाल तुर पे हैं बड़े नाटकी ढंग नाल सिपाही समझाते जा रहे हैं। देखो बचे हो वजीर खान बड़ा रहम दे हाकम है, जरा चुग जायो सलाम कर दे जे मामूली गल है जान बख्शी जाएगी जान और जहान है समझाने चले गए। एक लेखक ने बड़ा सुंदर लिखे है कहता है दुश्मनी एक होर चाल चली बड़ा दरवाजा बंद कर देता है छोटी जी बारी खोली है चलाती ये है इसलिए सिर नुआ के लंघन गए अंदर बाकी सारे बैठे हुए सलाहकार आवाज उठाएंगे कि खान साहब इन्हें बच्चों हुण माफ कर देना चाहिए तुहाड़े सामने सिर चुका गए मगर वो जन्म तो ही बलवान हैं शरीरक तौर पर नहीं तो आत्मिक तौर पर बलवान हैं। बड़ा वीर गया वैरी की चाल समझ गया है छोटे ने सारा कटका लिया है पहला उन्हें पैर लंघाएगा तो फिर सिर लंघाया है ये सिर गुरु का हो चुका है एक ये सामने चुकाया नहीं जा सकता। सो दुश्मन की कचहरी में खड़ो के दोवें लाल मंगार के इं कह रहे ने भाई
आनंदपुर नहीं है, ये गुरु गोबिंद सिंह का दरबार नहीं है, इतने तुहाड़ी फतेह प्रवान होगी, सलाम कहना पाएगा जे जिंदगी लोड़ दे तो। दलेरी नाल बच्चिया जवाब दिता, जिहड़ी सानू सिख्या गुरदेव ने दिती है अभी फतेह बुला दिती है, होर कुछ भी मनने तैयार नहीं, जो तुहाड़ी मर्जी है फैसला करो। ये सुन के अग लग उठी है, वजीर खान पा के मत्थे ते तेउड़ियां धमकी देंदियां होया साहबजादियां नूं क्यों कह रहा है। एक
ਇੱਥੇ ਜ਼ਿੰਦਗੀ ਦੇ ਦੁੱਖ ਭੋਗ ਚੱਕ ਕੇ ਇੱਥੇ ਜ਼ਿੰਦਗੀ ਦੇ ਦੁੱਖ ਭੋਗ ਚੱਕ ਕੇ ਚਾਲ ਚੱਲੀ ਗਈ ਹੈ ਪਰ ਅਡੋਲ ਰਹਿਣ ਸਾਹਿਬ ਦਾ ਦੇ ਜਿਹਨਾਂ ਅੰਦਰ ਸੱਚ ਹੈ ਜਿਹਨਾਂ ਦੇ ਅੰਦਰ ਧਰਮ ਹੈ ਉਹ ਡੋਲਣਾ ਕਦੇ ਨਹੀਂ ਜਾਣਦੇ ਸਦਾ ਅਡੋਲ ਰਿਹਾ ਕਰਦੇ ਸੋ ਉਸੇ ਤਰ੍ਹਾਂ ਚਿਹਰਿਆਂ 'ਤੇ ਪਖੜੀਆਂ ਲਾ ਲਈਆਂ ਲਾਲ ਨੇਤਰ ਕਰਕੇ ਸਾਹਿਬਜ਼ਾਦੇ ਅੱਗੇ ਜਵਾਬ ਦੇ ਰਹੇ ਨੇ ਪੈਂਤ ਸ਼ਾਨ ਸੂਬੇ
ਅਤਿਆਚਾਰ ਕੀਤੇ ਹਨ, ਇਹਨਾਂ ਦਾ ਕੋਈ ਹਿਸਾਬ ਨਹੀਂ। ਜੋ ਇਸਲਾਮ ਮੰਨਣ ਤਿਆਰ ਨਹੀਂ, ਉਸਨੂੰ ਕਾਫਰ ਕਰਾਰ ਦਿੱਤਾ ਗਿਆ, ਗੁਨਾਹਗਾਰ ਮੰਨਿਆ ਗਿਆ। ਜੋ ਅਸਰੀਏ ਦੇ ਉਲਟ ਹੈ, ਖੋਲ ਕੇ ਕਿਤਾਬ ਕਹਿੰਦਾ ਹੈ, ਖੋਲ ਕਿਤਾਬ ਸੁਣਾਵੇ ਕਾਦੀ, ਸੁਣਿਓ ਮਨ ਚਿਤ ਲਾ ਕੇ, ਮਾਰ ਜੋ ਕਾਫਰ ਦੇ ਲੜਕੇ, ਨੀਹਾਂ ਵਿੱਚ ਚਿਣਾ ਕੇ, ਲਵੋ ਸਵਾਬ ਅੱਲਾਹ ਦੇ ਘਰ ਵਿੱਚ, ਬੜੋ ਬੇਸਤੀ ਜਾ ਕੇ, ਮੌਤ ਜਾਂ ਦੀਨ ਇਹ ਦੋਵੇਂ ਰਸਤੇ, ਕਹਿੰਦੀ ਸ਼ਰ੍ਹਾਂ ਸੁਣਾ ਕੇ। ਹੈਰਾਨ ਹਾਂ ਉਹਨੇ ਸ਼ਰ੍ਹਾਂ ਪੜ੍ਹ ਕਿੱਥੋਂ ਰਹੀ। ਮੈਂ ਵੀ ਕੁਰਾਨ ਸ਼ਰੀਫ ਪੜ੍ਹਿਆ ਹੈ, ਕਿਸੇ ਵੀ ਮਜ਼ਹਬ 'ਤੇ ਟੀਕਾ ਟਿੱਪਣੀ ਕਰਨਾ ਮੇਰਾ ਨਿਸ਼ਾਨ ਨਹੀਂ ਹੋਇਆ ਕਰਦਾ, ਅਸਲੀਅਤ ਪਾਲਣੀ ਹੈ। ਔਰ ਮੇਰਾ ਦਾਅਵਾ ਹੈ, ਸਿੱਖ ਧਰਮ ਦੁਨੀਆਂ ਦੇ ਸਾਰੇ ਧਰਮਾਂ ਨਾਲੋਂ ਉਚੇਰਾ ਹੈ। ਫਿਰ ਮੈਂ ਕੁਰਾਨ ਸ਼ਰੀਫ ਦੀ ਗੱਲ ਕਰ ਰਿਹਾ ਸੀ, ਕੁਰਾਨ ਸ਼ਰੀਫ ਵਿੱਚ ਉਸ ਨੂੰ ਕਾਫਰ ਮੰਨਿਆ ਗਿਆ ਜੋ ਰੱਬ 'ਤੇ ਭਰੋਸਾ ਨਹੀਂ ਰੱਖਦਾ। ਸਿੱਖ ਇੱਕ ਅਕਾਲ ਪੁਰਖ ਨੂੰ ਪੂਜਣ ਵਾਲਾ ਕਾਫਰ ਕਿਵੇਂ ਹੋਏ? ਤਾਂ ਖੈਰ, ਕਿਧਰੇ ਫਤਵਾ ਦਿੱਤਾ ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ, ਤਾਂ ਖਲੋ ਕੋਲ ਖਲੋਤਾ ਹੈ ਮਲੇਰੀਆ ਸ਼ੇਰ ਮੁਹੰਮਦ ਖਾਨ। ਇੱਕ ਗੱਲ ਚੇਤੇ ਰੱਖੋ ਵੀ ਬਹਾਦਰ ਖੁੱਲ੍ਹੇ ਦਿਲ ਵਾਲਾ ਹੁੰਦਾ, ਉਹਦੇ ਅੰਦਰ ਇਨਸਾਫ ਵੀ ਹੁੰਦਾ, ਕੁਝ ਜੀਵਨ ਹੋਇਆ ਕਰਦਾ, ਸਤੀ ਪ੍ਰਾਪਤੀ ਵਾਸਤੇ ਤਾਂਘਣ ਦਾ ਯਤਨ ਹੋਇਆ ਕਰਦਾ। ਮੁਸਲਮਾਨ ਹੈ, ਕਿਸਲੇ ਇਹ ਗੱਲ ਸੁਣੀ, ਆਹਦਾ ਨਾਰਾ ਮਾਰੇ ਤਾਂ ਕੋਲ ਖਲੋ ਕੇ ਸਾਹਮਣੇ ਵਜ਼ੀਰ ਖਾਨ ਦੇ ਬੇਨਤੀ ਕਰ ਰਿਹਾ ਹੈ ਕਿ ਇਹ ਬੱਚੇ ਨਿਰਦੋਸ਼ ਹਨ, ਇਹਨਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ।
मासूम बच्चे और स्त्री मौत की सजा नहीं दी जा सकती नाल वेले नहीं दी उन्होंने धमका के लड़ा के लाल के दे के इस्लामिक लिया जा सकता इस वास्ते मौत की सजा नहीं दी जा सकती मगर एक तो शरह हो सी जो मुफ्ती के मन में आए हूँ एक पासे तको भाई शेर मुहम्मद खान उसका एक भरा एक भतीजा चमकौर के मैदान में गुरु महाराज के हथों मारे गए हैं बशीर खान ने यह भी किया सी इन्हां बच्चों मार के अपने भरा भतीजे का बदला लै लै तो बशीर खान ने जवाब शेर मुहम्मद खान ने जवाब दिता सी मर्दां वांग लड़िया हाँ अज भी गुरु गोबिंद सिंह सामने आए मैं लड़न वास्ते तैयार हाँ जा मारांगा जा मर जावांगा मेरे निर्दोष बच्चे हैं शरा इन्हों मौत की सजा देने की आग्ञा नहीं देती इस वास्ते छड़ देना चाहिए तो कोल बैठा सुचा आनंद उहदे मन में आई शेर मुहम्मद खान पहले दर्जे का शहरी मुसलमान है राग का हकदार है उसे कोई इल्जाम नहीं लगाया जा सकेगा वे साहबजादे ने उचेची रियायत कर रहे मगर मैं हिंदू हाँ जे मैंने सिफारिश की थी मैं नौकरियों कर दिता जावांगा इल्जाम लाया जाएगा हिंदू होने के कारण इन्हां बच्चों की रियायत करता है सो अपनी गर्ज के बदले ईमान वेचन वाला सुचा आनंद सिख नफरत नाल जिसनूं झूठा आनंद कहिंदे ने खड़ा हो के बेनती कर रहे इन्हां बच्चों नहीं छड्डना चाहिए कि भाई सिर ते प्यार देता है। देखो बचियो
मैं हिंदू हां, थोड़ी हमदर्दी करता हां। वजीर खान साहब बड़े रहमदिल हैं, ये तुहानू रिहा कर देंगे। दसो जे तुहानू रिहा कर दिता जाए तुसी की करोगे? साहबजादे ने कहा जंगलों में जावांगे, पिंडों में जावांगे, अपने सिख इकट्ठे करांगे, हुकूमत नाल टक्कर कर लैण वास्ते फिर मैदान में आवांगे। जे भला फिर भी तुसी पकड़े जाओ तो फिर भी सूबेदार साहब तुहानू रिहा कर देने, फिर की करोगे? बड़े साहबजादे ने जवाब दिता, हजार बार भी मौका मिलेगा इस जुल्म की तलवार के मुकाबले चुकन की बजाय जालम सरकार नाल सदा लड़ते रहेंगे। देखिया सुचानंद ने वजीर खान कहा और बाकी साहबान कहा, इन्होंने छड़ना चाहते हो? अगे एक ने पुआड़ा पाया या दो मैदान में आ जाएंगे, सरकार का तख्ता उलट देंगे। ज्ञानी रतन सिंह पंगू प्राचीन पंथ प्रकाश में एक होर दलील देंगे जिहड़ी मेरा मन मनने लई तैयार नहीं। वो कहिंदे ने सुचानंद ने गुरु गोबिंद सिंह महाराज जी दे एक साहिबजादे नूं अपनी लड़की का रिश्ता करना चाहिया सी, हजूर ने इनकार कर दिता। इस वास्ते गुरु महाराज जी दे बच्चों का दुश्मन बन गए। ये चंदू वाली कहानी दोहराएगी। गुरु अर्जन देव महाराज शहादत तो पहला सरकार के विरोधी नहीं सन मने जाते, बागी नहीं सन मने जाते। गहन पंडित रिश्ता पक्का कर आए ने, फिर भी मथे से त्योरी पा के कहा कि चुबारे की इत मोहरी ला आए। मेरे इतने गुरु गोबिंद सिंह महाराज तो बागी हैं। पहली लड़ाई पनहानी के बाद साहबजादा अजीत सिंह प्रगट होए, बाकी उस तो पिछे कि लड़ाइया लड़िया तो सुचानंद वर्गा इन्हों सरकार प्रस्त या चोरी चो कह लो कि साहबजादे रिश्ता करने वास्ते तैयार हो, एक गल बड़ी मुश्किल है। खैर फैसला हो गया, साहबजादे कदर कर देना चाहिए। वजीर खान ने एक बार फिर समझाने का यत्न किया, जे पढ़ाए चुक जानता स्पष्ट गल है भाई, छोटे छोटे मासूम बच्चों शहीद कर देना तो कोई बड़ी बहादुरी नहीं सी, पर जे लालच दे के धमकी दे के किसी ढंग नाल भी उन्होंने मुसलमान बना लिया जाता, हमेशा वास्ते सिख पंथ का सिर चुक जाता। सो वजीर खान बड़ा लालच दिखा के एक पास धमकी है एक पास लालच है, साहबजादे समझाने का यत्न कर रहे हैं। Yes, sir.
Thank you.
ਸਿੱਖਾਂ ਦੇ ਪਰਮੇਸ਼ਰ ਦਿੰਦੇ ਨੇ, ਨਾ ਹੀ ਡੋਲਦੀਆਂ ਉਹ ਕਦੇ ਵੀ ਦੀਵਾਰਾਂ। ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਸਿੱਖ ਨੂੰ ਸਦਾ ਪ੍ਰੇਰਦੀ ਰਹੇਗੀ ਕਿ ਮਰਦਾਂ ਦੀ ਮੌਤ ਕਿਵੇਂ ਪ੍ਰਵਾਨ ਕੀਤੀ ਜਾ ਸਕਦੀ। ਬਾਬਾ ਜ਼ੋਰਾਵਰ ਸਿੰਘ ਜੀ ਉਹ ਸ਼ਹੀਦੀ ਵਾਲੇ ਦਿਨ 7 ਸਾਲ 11 ਮਹੀਨੇ ਅਤੇ ਅਰਧੇ ਦਿਨ ਸਨ। ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦੀ ਉਮਰ 5 ਸਾਲ 10 ਮਹੀਨੇ ਅਤੇ 10 ਦਿਨ ਦੀ ਸੀ ਜਿੱਦਣ ਦੋਵੇਂ ਮਰਦਾਂ ਸ਼ਹੀਦੀ ਪ੍ਰਾਪਤ ਕਰ ਗਏ। ਇੱਕ ਇਤਿਹਾਸਕ ਸਵਾਲ ਆਉਂਦਾ ਹੈ ਕਿ ਸ਼ਹੀਦ ਕੀਤੇ ਕਿਸ ਢੰਗ ਨਾਲ ਗਏ, ਕਿਉਂਕਿ ਵੱਖ ਵੱਖ ਇਤਿਹਾਸਾਂ ਵਿੱਚ ਬਿਲਕੁਲ ਵੱਖਰੀਆਂ ਰਾਵਾਂ ਲਿਖੀਆਂ ਹਨ। ਇਸ ਬਾਰੇ ਮੈਂ ਆਪਣੇ ਵਿਚਾਰ ਜੋ ਪੁਸਤਕ ਲਿਖੀ ਹੈ ਮਨੁੱਖਤਾ ਦੇ ਗੁਰੂ ਗੁਰੂ ਗੋਬਿੰਦ ਸਿੰਘ ਜੀ, ਮੇਰਾ ਨਿਸ਼ਚਾ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੇ ਨਹੀਂ, ਮਨੁੱਖ ਮਾਤਰ ਦੇ ਪ੍ਰਾਣੀ ਮਾਤਰ ਦੇ ਗੁਰੂ ਹਨ। ਉਹਨਾਂ ਵਿੱਚ ਸਾਰਾ ਵੇਰਵਾ ਦਿੱਤਾ ਅਡੋਲ ਇਤਿਹਾਸਾਂ ਦਾ ਕਿ ਸਾਹਿਬਜ਼ਾਦੇ ਕਿਸ ਢੰਗ ਨਾਲ ਸ਼ਹੀਦ ਕੀਤੇ ਗਏ ਹਨ। ਫਤਿਹ ਪ੍ਰਵਾਨ ਹੋਏ ਬਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।